ਕਿਹੜੇ ਕਿਹੜੇ ਦੇ ਇਹ ਤਾਂ ਅਸੀਂ ਹੋਣ ਗਏ ਆਪਾਂ ਕਿਹੜੇ ਕਿਹੜੇ ਸੀ ਉਹਨੂੰ ਪਤਾ ਸਾਡੇ ਦਾ ਪਤਾ ਪਤਾ ਇਹ ਇੰਨਾ ਸਰ ਦੁਲੇ ਧੱਕਾ ਲੋਕਾਂ ਸਾਜੀ ਸਾਜੀ ਬੇਬਨਿਆ ਸੀ ਸਾਜੀ ਬਾਦਾ ਸਾਹਿਬ ਸਾਜੀ ਇੱਕ ਮਿੰਟ ਸਦਾ ਮੇਰੀ ਸਾਜੀ ਗੱਲ ਤੇ ਸੁਣੋ ਸਾਜੀ ਗੱਲ ਤੇ ਸੁਣੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਇਤਿਹਾਸਕ ਬਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਉਹਦੇ ਤੇ ਵਿਚਾਰ ਦੇਣ ਦੀ ਪਹਿਲਾਂ ਤਾਂ ਮੈਂ ਇਸ ਬਿੱਲ ਦੀ ਬਹੁਤ ਹਮਾਇਤ ਕਰਦਾ ਔਰ ਮੈਂ ਸਮਝਦਾ ਕਿ ਇਹ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਮਿਡਲ ਕਲਾਸ ਲੋਕਾਂ ਦਾ ਗਰੀਬ ਲੋਕਾਂ ਦਾ ਹੱਲ ਹੋਣ ਜਾ ਰਿਹਾ ਇਹ ਸਰ ਬਹੁਤ ਵੱਡਾ ਮੁੱਦਾ ਇਹ ਇੰਨਾ ਕੁ ਵੱਡਾ ਮੁੱਦਾ ਹੈ ਜਿਹੜਾ ਸੀਐਮ ਸਾਹਿਬ ਨੇ ਹੱਲ ਕੀਤਾ ਅਸੀਂ ਪਹਿਲਾਂ ਵੀ ਜਦੋਂ ਸੀਐਮ ਸਾਹਿਬ ਨੂੰ ਮਿਲਦੇ ਸੀ ਕੈਬਨਿਟ ਮੀਟਿੰਗਾਂ ਦੇ ਵਿੱਚ ਜਾਂ ਉੱਦਾਂ ਵੀ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਕਿ ਸਰ ਇਹਦਾ ਕੋਈ ਹੱਲ ਕੱਢੋ ਇਹਦਾ ਆਪਾਂ ਹੱਲ ਕੱਢੀਏ ਕਿਉਂਕਿ ਹਾਈਕੋਰਟ ਦੇ ਵਿੱਚ ਕੇਸ ਸੀਗਾ ਸਹਿਜ ਸਹਿਜ ਇਹਦਾ ਹੱਲ ਆਇਆ ਔਰ ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਗਏ ਲੋਕ ਸਭਾ ਦੇ ਵਿੱਚ ਜਿਹੜਾ ਮੇਰਾ ਤਜਰਬਾ ਹੋਇਆ ਮੈਨੂੰ ਲੱਗਾ ਕਿ ਸਭ ਤੋਂ ਵੱਡਾ ਲੋਕਾਂ ਦਾ ਮੁੱਦਾ ਹੀ ਹੈ ਸਭ ਤੋਂ ਵੱਡਾ ਮੁੱਦਾ ਹੈ ਲੋਕਾਂ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਰ ਮੈਂ ਲੋਕ ਸਭਾ ਦਾ ਉਮੀਦਵਾਰ ਸੀਗਾ ਮੈਨੂੰ ਅੰਮ੍ਰਿਤਸਰ ਦੀ ਨੁੱਕਰ ਨੁੱਕਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਲੋਕਾਂ ਦਾ ਜਿਹੜਾ ਹਾਲ ਸੀ ਲੋਕਾਂ ਨਾਲ ਜਿਹੜੀ ਠੱਗੀ ਵੱਜੀ ਉਹ ਸਰ ਸੁਣ ਕੇ ਤੁਸੀਂ ਵੀ ਕਿਤੇ ਸੁਣਦੇ ਤੇ ਤੁਹਾਨੂੰ ਲੱਗਣਾ ਸੀ ਕਿ ਦਿਨੇ ਠੱਗੀਆਂ ਕਿੱਦਾਂ ਵੱਜਦੀਆਂ ਔਰ ਇਹ ਠੱਗੀਆਂ ਦੇ ਵਿੱਚ ਹੁਣੇ LOP ਸਾਹਿਬ ਕਹਿ ਰਹੇ ਸੀਗੇ ਮੈਂ ਲੱਗਾ ਦੱਸਣ ਜੀ ਮੈਂ ਲੱਗਾ ਦੱਸਣ LOP ਸਾਹਿਬ ਉਹਨੇ ਕਹਿਣ ਡੇ ਸੀਗੇ ਕਿ ਅਫਸਰ ਦੀਆਂ ਬਹੁਤੀਆਂ ਸਿਫਤਾਂ ਨਾ ਕਰੋ ਇਹ ਸਰ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਜਵਾ ਸਾਹਿਬ ਅੰਮ੍ਰਿਤਸਰ ਮਾਨਾ ਵਾਲਾ ਜਦੋਂ ਲੰਘਦੇ ਆ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਅਦ ਬਾਅਦ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਪੂਰੇ ਅੰਮ੍ਰਿਤਸਰ ਦੇ ਚਾਰ ਸਫੇਰੇ ਸਰ ਕੱਲੀ ਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕਿ ਰਕਸ਼ੇ ਵਾਲੇ ਨੂੰ ਪੁੱਛ ਲਓ ਵੀ ਕਲੋਨੀ ਕਿਹਦੀ ਹੈ ਇੱਕ ਮਿੰਟ ਚ ਲੀਡਰ ਦਾ ਨਾਮ ਲੈਣਗੇ ਇਹ ਫਲਾਣੇ ਅਕਾਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ MLA ਦੀ ਹੈ ਜੀ ਇਹ ਮਤਲਬ ਇੰਨਾ ਦੁੱਖ ਗੱਲ ਮੈਂ ਤਾਂ ਹੈਰਾਨ ਸੀਗਾ ਕਿ ਲੋਕਾਂ ਨਾਲ ਵਿਚਾਰਿਆਂ ਨਾਲ ਸ਼ਾਇਦ ਆਮ ਠੱਗੀ ਉਹਦੇ ਜਾਣਦੇ ਆ LOP ਸਾਹਿਬ ਬਹੁਤ ਸਾਰੀਆਂ ਕਲੋਨੀਆਂ ਜਾਣਦੇ ਅੰਮ੍ਰਿਤਸਰ ਚ ਕਿਹੜੇ ਕਿਹੜੇ ਦੇ ਇਹ ਤਾਂ ਅਸੀਂ ਹੋਣ ਗਏ ਆਪਾਂ ਕਿਹੜੇ ਕਿਹੜੇ ਸੀ ਉਹਨੂੰ ਪਤਾ ਸਾਡੇ ਦਾ ਪਤਾ ਪਤਾ ਇਹ ਇੰਨਾ ਸਰ ਦੁਲੇ ਧੱਕਾ ਲੋਕਾਂ ਸਾਜੀ ਸਾਜੀ ਬੇਬਨਿਆ ਸੀ ਸਾਜੀ ਬਾਦਾ ਸਾਹਿਬ ਸਾਜੀ ਇੱਕ ਮਿੰਟ ਸਦਾ ਮੇਰੀ ਸਾਜੀ ਗੱਲ ਤੇ ਸੁਣੋ ਸਾਜੀ ਗੱਲ ਤੇ ਸੁਣੋ ਗੱਲ ਕੰਪਲੀਟ ਚੇਅਰ ਨੂੰ ਅਡਰੈਸ ਕੀਤਾ ਜਾਵੇ ਚੇਅਰ ਨੂੰ ਬੈਠੋ ਬਾਜਵਾ ਸਾਹਿਬ ਬੈਠੋ ਤੁਸੀਂ ਬੈਠੋ ਪਲੀਜ਼ ਤੁਸੀਂ ਤੁਸੀਂ ਚੇਅਰ ਨੂੰ ਅਡਰੈਸ ਕਰੋ ਜੀ ਤੁਸੀਂ ਚੇਅਰ ਨੂੰ ਤੁਸੀਂ ਬੈਠੋ ਜੀ ਤੁਸੀਂ ਬੈਠੋ ਪਲੀਜ਼ ਚੇਅਰ ਨੂੰ ਅਡਰੈਸ ਕਰੋ ਚੇਅਰ ਨੂੰ ਅਡਰੈਸ ਕਰੋ ਸਾਥੀ ਲੋਕਾਂ ਦਾ ਦੁੱਖ ਸੁਣੋ ਸੁਣਦੇ ਕਿਉਂ ਨਹੀਂ ਧਾਰੀਵਾਲ ਸਾਹਿਬ ਕਰੋ
ਐਕਸ਼ਨ ਕਰਾਂਗੇ ਸਰ। ਸਰ ਮੈਂ ਵੀ ਤੁਸੀਂ ਕਿਰਪਾ ਕਰਕੇ ਚੇਅਰ ਨੂੰ ਡਿਸਕ ਕੀਤਾ ਜਾਵੇ।